ਅਸ਼ਰ ਦਸਾਨੀ ਦਾ ਸੀ ਕਿੰਨੇ ਦੀ ਬਾਟਮ ਤੇ ਅਪਰ ਦਸਾਨੀ ਤੈਨੂੰ ਸੁਣੀ ਉੜੇ ਪੈਰ ਮੈਂ ਕਮਾਏ ਨਿਊ ਹਾਲੈਂਡ ਕਿਆ ਵਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਸੋ ਦੋਸਤੋ ਕਰਨ ਔਜਲੇ ਬਾਈ ਦਾ ਗਾਣਾ ਆ ਚੁੱਕਿਆ ਸਿਫਰ ਸਫਰ ਤੇ ਦੋਸਤੋ ਬਹੁਤ ਟਾਈਮ ਤੋਂ ਵੇਟ ਸੀ ਗਾਣੇ ਦੀ ਨਾ ਤੇ ਅੱਜ ਹੀ ਗਾਣਾ ਆਇਆ ਦੋਸਤੋ ਸਿੰਗਰ ਲਿਰਿਕ ਕੰਪੋਜ਼ਰ ਕਰਨ ਔਜਲਾ ਬਾਈ ਤੇ ਮਿਊਜ਼ਿਕ ਹੈ ਮਰਸੀ ਦਾ ਤੇ ਦੋਸਤੋ ਵੀਡੀਓ ਕੀਤੀ ਆ ਕਰਨ ਮੱਲੀ ਨੇ ਤੇ ਦੋਸਤੋ ਚੈੱਕ ਕਰਦੇ ਕਿੱਦਾਂ ਦਾ ਗਾਣਾ ਵਾ ਸਿਫਰ ਸਫਰ ਤੋਂ ਲੱਗ ਰਿਹਾ ਵੀ ਬਾਈ ਕੋਈ ਆਪਣੇ ਬਾਰੇ ਗੱਲ ਕਰੂ ਨਾ ਆਪਣੇ ਸਫਰ ਜੋ ਮਤਲਬ ਜ਼ੀਰੋ ਤੋਂ ਸ਼ੁਰੂ ਹੋਇਆ ਸਫਰ ਉਹਦੇ ਬਾਰੇ ਕੋਈ ਨਾ ਉਹਦੇ ਬਾਰੇ ਗੱਲ ਕਰੂ ਬਾਕੀ ਆਓ ਜੋ ਦੇਖਦੇ ਆ ਗਾਣਾ ਲਿਖੇ ਤੱਤ ਹਲੇ ਜਾਣਾ ਐਂਡ ਤੱਕ ਐਂਡ ਤੱਕ ਹੈ ਇਹ ਤਾਂ ਹਲੇ ਵਾਰਮ ਅਪ ਹੈ ਵਾਰਮ ਅਪ ਹੈ ਉੜੇ ਤੈਨੂੰ ਕਿੱਥੇ ਕਿੱਥੇ ਚੱਲਦੇ ਆ ਚੱਕਰ ਦਸਾਨੀ ਦਾ ਸੀ ਕਿਹਦੇ ਕਿਹਦੇ ਨਾਲ ਲੈ ਲਈ ਟੱਕਰ ਦਸਾਨੀ ਦਾ ਸੀ ਕਿਹਦੇ ਰੋਡ ਸ਼ਾਪ ਤੇ ਮੈਂ ਸਿਫਰ ਦਸਾਇਆ ਪਹਿਲਾਂ ਕੰਡਿਆਂ ਤੇ ਕੀਤਾ ਹੋਇਆ ਸਫਰ ਦਸਾਨੀ ਦਾ ਸੀ ਮੇ ਮਾਰੀ ਟਾਈਮ ਕੱਟੀ ਕਸਰ ਦਸਾਨੀ ਕੀ ਬਾਤ ਹੈ ਇਹਦੀ ਵੀਡੀਓ ਬੜੀ ਕਿੰਨ ਚੇਂਜ ਹੋਈ ਨਾ ਵੀਡੀਓ ਹਾਂ ਸੈਟਿੰਗ ਇਹ ਜਿਹੜੀ ਕੰਪੋਜ਼ਰ ਹੈ ਇਹ ਮੈਚ ਕਰਦੀ ਹੈ ਪਹਿਲਾਂ ਵਾਲੇ ਗਾਣੇ ਨਾਲ ਹਨਾ ਕਿਹੜਾ ਗਾਣਾ ਸੀ ਥੋੜਾ ਗਾਣਾ ਹਾਂ ਕਿੱਥੇ ਆ ਕਿੱਥੇ ਨਹੀਂ ਦੱਸ ਇਦਾਂ ਕੋਈ ਗਾਣਾ ਸੀ ਨਾ ਹਾਂ ਥੋੜਾ ਥੋੜਾ ਮੈਚ ਕਰ ਰਿਹਾ ਕਿੱਥੇ ਚੱਲਦੇ ਆ ਚੱਕਰ ਦਸਾਨੀ ਦੱਸ ਕਿਹਦੇ ਕਿਹਦੇ ਨਾਲ ਲੈ ਲਈ ਟੱਕਰ ਦਸਾਨੀ ਦੱਸ ਕਿਹਨੇ ਨੋਟ ਸ਼ਾਪ ਤੇ ਮੈਂ ਸਿਫਰ ਉਹ ਬੋਲਦੇ ਆ ਬੁੱਕ ਦੇ ਥੋੜੀਆਂ ਤਾਂ ਹਨਾ ਬਟ ਗਾਣਾ ਜਿਹੜਾ ਸਟਾਰਟਿੰਗ ਹੋਈ ਹੈ ਨਾ ਬਾਈ ਚੱਪਲਾਂ 'ਚ ਬਾਈ ਨੇ ਸਟਾਰਟਿੰਗ ਕੀਤੀ ਹੈ ਨਾ ਬੀਟ ਦੇ ਹਿਸਾਬ ਨਾਲ ਚੇਂਜ ਹੋ ਗਿਆ ਫਰੇਮ ਪਹਿਲਾਂ ਕੰਡਿਆਂ ਤੇ ਕੀਤਾ ਹੋਇਆ ਸਫਰ ਦਸਾਨੀ ਦੱਸ ਮਾੜੀ ਟਾਈਮ ਕਿਹਾ ਵਾ ਦਸਾਨੀ ਤੈਨੂੰ ਛੋਲੇ ਫਰੇਮ ਸੇਮ ਆ ਬੈਕਗ੍ਰਾਉਂਡ ਚੇਂਜ ਸਫਰ ਦਸਾਨੀ ਤੈਨੂੰ ਕਿਨੇ ਮੈਂ ਕਮਾਵਾ ਲਿਖ ਅੱਖਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੂੜੇ ਅੱਖ ਨੂਰ ਕਾਨੇ ਕਾਦਾ ਅਸਰ ਦਸਾਨੀ ਦੱਸ ਜ਼ਿੰਦਗੀ ਦੇ ਕਾਨੇ ਜਵਾ ਹਸ਼ਰ ਦਸਾਨੀ ਦੱਸ ਕਿਨੇ ਦੀ ਬਾਟਮ ਤੇ ਅਪਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੂੜੇ ਪੈਰ ਮੈਂ ਕਮਾਏ ਨਿਊ ਹਾਲੈਂਡ ਕਿਆ ਬਾਤ ਹੈ ਨਿਊ ਹਾਲੈਂਡ ਨਾ ਫਰੇਮ ਇੱਕ ਹੀ ਆ ਹਨਾ ਵੀਡੀਓ ਚੇਂਜ ਹੋ ਰਹੀ ਆ ਤੇ ਮੈਨੂੰ ਲੱਗਦਾ ਬੈਕਗ੍ਰਾਉਂਡ ਵੀ ਐਫ ਐਕਸ ਵੀਡੀਓ ਟੌਪ ਫਲੋਰ ਤੇ ਵੀਡੀਓ ਸ਼ੂਟ ਕੀਤੀ ਹੋਈ ਆ ਕਿਆ ਬਾਤ ਆ ਘੈਂਟ ਆ ਯਾਰ ਨਿਊ ਹਾਲੈਂਡ ਕਿਆ ਵੀਡੀਓ ਦਾ ਏਜ ਬਹੁਤ ਘੈਂਟ ਬਾਈ ਕੰਮ ਕਰਦਾ ਸਫਰ ਦਸਾਇਆ ਤੈਨੂੰ ਸਫਰ ਦਸਾਨੀ ਦੱਸ ਕਿੰਨੇ ਮਾੜੇ ਟਾਈਮ ਕੱਟੀ ਕਸਰ ਦਸਾਨੀ ਤੈਨੂੰ ਛੋਲਿਆਂ ਨੂੰ ਚੱਬਾ ਖਾਵਾਂ ਮਸਰ ਦਸਾਨੀ ਤੈਨੂੰ ਕਿੰਨੇ ਮੈਂ ਕਮਾਵਾਂ ਲਿਖ ਅੱਖਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੁੜੇ ਕਿਆ ਬਾਤ ਹੈ ਵੀਡੀਓ ਕਨਸੈਪਟ ਬਹੁਤ ਘੈਂਟ ਆ ਸੂਰਜਾਂ ਨੂੰ ਦੇਵੇ ਨੇ ਦਿਖਾਈ ਦੇ ਮਦਰ ਫਾਦਰ ਬਾਈ ਨੂੰ ਇੱਕ ਲੈਣ ਚ ਬਾਈ ਨੇ ਐਕਸਪਲੇਨ ਕੀਤਾ ਨਾ ਉਹ ਚੀਜ਼ ਨੂੰ ਵੀ ਮਦਰ ਬਾਰੇ ਦੱਸਾਂ ਵੀ ਕਿੱਥੇ ਕਿੱਥੇ ਲੰਘੇ ਕਿਵੇਂ ਕਿਵੇਂ ਸਾਨੂੰ ਪਾਲਿਆ ਨਾ ਕਿਆ ਬਾਤ ਆ ਸਿਰਾ ਵਧੀਆ ਦੁੱਖ ਬਾਰੇ ਦੱਸਾਂ ਕਿ ਮੈਂ ਖਾਦੇ ਬਾਰੇ ਦੱਸਾਂ ਕੁੜੇ ਤੁਲਿਆਂ ਚ ਫੁੱਲੇ ਪਰਿਸ਼ਾਦੇ ਬਾਰੇ ਦੱਸਾਂ ਤੈਨੂੰ ਉਹਨਾਂ ਬਾਰੇ ਦੱਸਾਂ ਕਿ ਮੈਂ ਸਾਡੇ ਬਾਰੇ ਦੱਸਾਂ ਕੁੜੇ ਇੰਨੀ ਕੁ ਸੀ ਬਾਪੂ ਜੀ ਦੀ ਕਦਰ ਦਸਾਨੀ ਦੱਸ ਕਿੱਥੋਂ ਕਿੱਥੋਂ ਲੰਘੀ ਮੇਰੀ ਮਦਰ ਦਸਾਨੀ ਤੈਨੂੰ ਕਰਦੀ ਸਟੋਰੀ ਆ ਕੋਈ ਅਦਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੁੜੇ ਗਾਉਣ ਬਾਰੇ ਦੱਸਾਂ ਕਿ ਮੈਂ ਲਿਖੇ ਬਾਰੇ ਦੱਸਾਂ ਕੁੜੇ ਇਹਨਾਂ ਨੂੰ ਸਿਖਾਇਆ ਆ ਮੈਂ ਸਿੱਖੇ ਬਾਰੇ ਦੱਸਾਂ ਕੁੜੇ ਛੋਟੇ ਹੁੰਦੇ ਹਰੇ ਹੁਣ ਜਿੱਤੇ ਬਾਰੇ ਦੱਸਾਂ ਕੁੜੇ ਪੱਟੇ ਆਉਜ ਲਈ ਜਾਂ ਤੈਨੂੰ ਨਿੱਕੇ ਬਾਰੇ ਦੱਸਾਂ ਕੁੜੇ ਇੰਨਾ ਦਿੱਤਾ ਮਾਲਕ ਨੇ ਸਬਰ ਦਸਾਨੀ ਦੱਸ ਕਿਵੇਂ ਲੱਗੇ ਬਿੱਲ ਬੋਰਡ ਕਵਰ ਦਸਾਨੀ ਦੱਸ ਕਿਵੇਂ ਨੋਟ ਸਾਂਭੀ ਫਿਰੇ ਰਬੜ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੁੜੇ ਇਹਨੇ ਮਾੜੀ ਟਾਈਮ ਕੱਟੀ ਕਸਰ ਦਸਾਨੀ ਤੈਨੂੰ ਛੋਲਿਆਂ ਨੂੰ ਚੱਬਾ ਖਾਵਾਂ ਮਸਰ ਦਸਾਨੀ ਤੈਨੂੰ ਕਿਹਨੇ ਮੈਂ ਕਮਾਵਾਂ ਲਿਖ ਅੱਖਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੁੜੇ ਕੁਛ ਕਰੇ ਖੁਸ਼ ਨੀ ਸਟੀਵਾ ਦਿੰਦੀ ਮੈਨੂੰ ਪੀਸ ਵਨ ਵਨ ਕਾਪੀਆਂ ਨਹੀਂ ਆਉਂਦੀ ਕਿੱਥੇ ਮੈਨੂੰ ਰੀਸ ਮੇਰੀ ਤਾਂ ਕੋਈ ਨਹੀਂ ਟੁੱਟੀ ਯਾਰੀ ਦਿੰਦੀ ਮੈਨੂੰ ਚੀਜ਼ ਜਿੱਤ ਕੇ ਆਈ ਤੂੰ ਪੁੱਤ ਬੇਬੇ ਦਿੰਦੀ ਮੈਨੂੰ ਸੀ ਮੇਰੇ ਦਸਾਇਆ ਲੱਗੀ ਖਬਰ ਦਸਾਨੀ ਕਿੰਨੇ ਆਸ਼ਕੀ ਹੈ ਕਿੰਨੇ ਅਸੀਂ ਲਵਰ ਦਸਾਨੀ ਹਾਂ ਕੀ ਬਾਤ ਖਬਰ ਦਸਾਨੀ ਤੈਨੂੰ ਸਫਰ ਦਸਾਇਆ ਪਹਿਲਾਂ ਸਫਰ ਦਸਾਨੀ ਕੋੜੇ ਆਵਾਜ਼ ਆ ਜਾਂਦੀ ਹੈ ਨਾ ਮਰਸੀ ਮਿਊਜ਼ਿਕ ਡਾਇਰੈਕਟਰ ਬਾਈ ਸਾਰੀ ਟੀਮ ਨੇ ਬਹੁਤ ਘੰਟਾ ਕੰਮ ਕੀਤਾ ਇਸ ਵਾਰ ਯਾਰ
ਬਹੁਤ ਸੋਹਣਾ ਗਾਣਾ ਦੋਸਤੋ। ਮਿਊਜ਼ਿਕ ਮਰਸੀ ਦਾ ਵੈਸੇ ਵੀ ਮਿਊਜ਼ਿਕ ਵਧੀਆ ਹੁੰਦਾ ਤੇ ਉਹਦੀ ਆਵਾਜ਼ ਦੇਖੋ ਉਹਦੀ ਮਿਕਸਿੰਗ ਜੀ ਕੀਤੀ ਸੀ ਕਿੰਨੀ ਸੋਹਣੀ ਲੱਗਦੀ ਸੀ ਘੁੰਮਦੀ ਏਦਾਂ ਹਨਾ ਨਾਲ ਦੇ ਨਾਲ ਕਿਉਂਕਿ ਵੀਡੀਓ ਦੇ ਅਕੋਰਡਿੰਗ ਮਿਕਸਿੰਗ ਕੀਤੀ ਹੋਈ ਹਨਾ ਫਿਰ ਮਿਊਜ਼ਿਕ ਵੀ ਉਹਦੇ ਅਕੋਰਡਿੰਗ ਸੀਗਾ ਮਤਲਬ ਸਾਰੀਆਂ ਚੀਜ਼ਾਂ ਦੀ ਜਿਹੜੀ ਮਿਲਤ ਬਹੁਤ ਸੋਹਣੀ ਸੀ ਤਾਲਮੇਲ ਵਾਉਂਦੇ ਸੀ ਸਾਰੀਆਂ ਚੀਜ਼ਾਂ ਦਾ ਸਟਾਰਟਿੰਗ ਤੋਂ ਥੋੜ੍ਹਾ ਜਿਹਾ ਲੱਗਿਆ ਵੀ ਉਹਦੇ ਨਾਲ ਮੈਚ ਕਰਦਾ ਪਰ ਇਹਦੇ ਸਾਰੇ ਜਿਹੜੇ ਲਿਰਿਕਸ ਸੀਗੇ ਪਹਿਰੇ ਉਹ ਉਹਦੇ ਨਾਲ ਸਾਰੇ ਲੱਗ ਨੇ ਅਲੱਗ ਸੀ ਬਾਈ ਨੇ ਆਪਣੇ ਬਾਰੇ ਦੱਸਿਆ ਆਪਣੇ ਪਰਿਵਾਰ ਬਾਰੇ ਮਦਰ ਫਾਦਰ ਸਾਰੀਆਂ ਚੀਜ਼ਾਂ ਉਹਦੇ ਵਿੱਚ ਦੱਸੀਆਂ ਕਹਿੰਦਾ ਵੀ ਮੈਂ ਸਫ਼ਰ ਦੱਸਾਂ ਜਾਂ ਸਫ਼ਰ ਮਤਲਬ ਜਿੱਥੋਂ ਸ਼ੁਰੂ ਹੋਇਆ ਉੱਥੋਂ ਦੱਸਾਂ ਜਿਵੇਂ ਤੁੰਨ ਕੇ ਰੋਟੀਆਂ ਹੱਥ 'ਚ ਪੂਣੀ ਬਣਾ ਕੇ ਖਾਂਦੇ ਹੁੰਦੇ ਰੋਟੀਆਂ ਉਹ ਸਾਰੀ ਬਾਈ ਕਿਆ ਬਾਤ ਉਦੋਂ ਬਾਅਦ ਜਿਹੜੀ ਵੀਡੀਓ ਬਾਈ ਨੇ ਕਰਨਮੱਲੀ ਨੇ ਬਣਾਈਆਂ ਬਹੁਤ ਗਾਣੇ ਬਣਾਈਆਂ ਕਿਉਂਕਿ ਇੱਕ ਹੀ ਫਰੇਮ ਵਿੱਚ ਸਾਰੀ ਵੀਡੀਓ ਸ਼ੂਟ ਕੀਤੀ ਅਤੇ ਸਿਰਫ ਬੈਕਗਰਾਊਂਡ ਚੇਂਜ ਹੋ ਰਿਹਾ ਉਦੋਂ ਬਾਅਦ ਬਾਈ ਦੇ ਜਿਹੜੇ ਕੱਪੜੇ ਪਾਏ ਉਹ ਚੇਂਜ ਹੋ ਰਿਹਾ ਵਾਰੀ ਵਾਰੀ ਲੈਣ ਦੇ ਹਿਸਾਬ ਨਾਲ ਕਵਰ ਕੀਤੇ ਵੀਡੀਓ ਐਡੀਟਿੰਗ ਬਹੁਤ ਤਕੜੀ ਆ ਉਦੋਂ ਬਾਅਦ ਬਾਈ ਦੇ ਲਿਰਿਕਸ ਬਹੁਤ ਘੈਂਟ ਬਹੁਤ ਵਧੀਆ ਗਾਣਾ ਸੀ ਦੋਸਤੋ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਜ਼ਰੂਰ ਕਰਿਓ ਅਤੇ ਕਰਨ ਅਜਲੇ ਬਾਈ ਨੂੰ ਪਿਆਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਫਿਰ ਆਪਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ।